मॉर्निंग स्टूडेंट्स, माय नेम इज अजीतपाल सिंह। तो बेटा जिहड़ा आपां क्लास दे विच टॉपिक छड्डिया सी ओह सी प्लास्टिक। तो आपां प्लास्टिक बारे देखदे आं, बट डिस्कशन करदे आंगे जिहड़ा कुछ तुहाडी बुक दे विच आ उहदे बारे आपां देखांगे। वी प्लास्टिक, देखो प्लास्टिक काफ़ी वास्ट सबजैक्ट हैगा, ठीक है। काफ़ी प्लास्टिक बहुत बड़ा एक अपने कोल सिस्टम है प्लास्टिक्स दा, वेरियस दा। पर इस जिहड़ा तुहाडा ये क्लास दा कोर्स आ, इहदे विच सिर्फ तुहानू प्लास्टिक दे मतलब फंडामेंटल थिंग्स बारे ही दस्या जाऊगा, कोई ज़्यादा डिटेल च नहीं दस्या जाऊगा। ना प्लास्टिक दी कैमिकल कंपोजिशन दसी जाऊगी, ना प्लास्टिक किवें बनता ये दस्या जाऊगा। बस जस्ट हल्कियां फुल्कियां चीज़ां जिहड़ियां कि तुहानू शायद पता भी ने, उही चीज़ें ही दसियां जाणगियां। दो तीन चीज़ां ने जिहड़ियां तुहानू नहीं पता तां उह इनकलूड हो जाणगियां। तो बेटा प्लास्टिक की है, प्लास्टिक का मतलब है पॉली इथीन। पॉली का मतलब बेटा बहुत ज़्यादा, इथीन का मतलब एक कंपाउंड आ। जदों बहुत ज़्यादा इथीनज एक दूजे नाल लिंक कर जाते हैं तो उत्थे प्लास्टिक बन जाती है, पॉली इथीन बन जाता, ठीक है। तो जिहड़ी लिंकेज आ उह दो तरह की हो सकती है, लीनियर लिंकेज हो सकती है। देखो डायग्राम 3.6 ए दे विच उह लीनियर लिंकेज आ, मतलब एक इथीन दूजे नाल सीधा सीधा जुड़िया होया, तीजे नाल सीधा सीधा जुड़िया होया, चौथे नाल इवें लाइन दे विच जुड़े हुए ने। ते एक है क्रॉस लिंक्ड अरेंजमेंट्स। क्रॉस लिंक्ड अरेंजमेंट मतलब एक इथीन आ जिहड़ा उह अगले नाल भी जुड़िया होया, निचले नाल भी, उपरले नाल भी, ते लैफ्ट वाले नाल भी, राइट वाले नाल भी। तो दिस इज़ कॉल्ड क्रॉस लिंक पॉलीइथीन, ठीक है। तो यह प्लास्टिक दो तरह की एवें बनती है। ये डिपेंड करता भी ਕਿਹੜੀ ਪਲਾਸਟਿਕ ਮਜ਼ਬੂਤ ਆ, ਕਿਹੜੀ ਕਮਜ਼ੋਰ ਆ। ਤਾਂ ਜਿਹੜੀ ਲੀਨੀਅਰ ਹੁੰਦੀ ਆ ਇਹ ਥੋੜ੍ਹੀ ਕਮਜ਼ੋਰ ਪਲਾਸਟਿਕ ਹੁੰਦੀ ਆ, ਅਤੇ ਜਿਹੜੀ ਕ੍ਰੋਸ ਲਿੰਕਡ ਪੋਲੀਮਰ ਹੁੰਦੇ ਨੇ ਉਹ ਥੋੜ੍ਹੇ ਸਟਰੋਂਗ ਪਲਾਸਟਿਕ ਹੁੰਦੀ ਆ। ਨੈਕਸਟ ਜਿਹੜਾ ਆਪਣੇ ਕੋਲ ਦੋ ਤਰ੍ਹਾਂ ਦੀਆਂ ਪਲਾਸਟਿਕਸ ਆਉਂਦੀਆਂ ਨੇ ਬੇਟਾ, ਇੱਕ ਤਾਂ ਹੁੰਦੀ ਆ ਥਰਮੋ ਪਲਾਸਟਿਕ, ਇੱਕ ਹੁੰਦੀ ਆ ਮਤਲਬ ਯੂ ਕੈਨ ਸੇ ਥਰਮੋਸੈਟਿੰਗ ਪਲਾਸਟਿਕ, ਠੀਕ ਹੈ। ਥਰਮੋ ਪਲਾਸਟਿਕ ਕੀ ਆ? ਥਰਮੋ ਪਲਾਸਟਿਕ ਹੈਗੀ ਜਿਹੜੀ ਪਲਾਸਟਿਕ ਹੀਟ ਕਰਨ 'ਤੇ ਈਜ਼ੀਲੀ ਡਿਫੋਰਮ ਹੋ ਜਾਂਦੀ ਆ। ਡਿਫੋਰਮ ਮਤਲਬ ਆਪਦੀ ਸ਼ੇਪ ਈਜ਼ੀਲੀ ਚੇਂਜ ਕਰ ਲੈਂਦੀ ਆ, ਦੈਟ ਇਜ਼ ਥਰਮੋ ਪਲਾਸਟਿਕ, ਠੀਕ ਹੈ। ਪੋਲੀਥੀਨ ਅਤੇ ਪੀ ਵੀ ਸੀ, ਪੋਲੀ ਵਿਨਾਇਲ ਕਲੋਰਾਈਡ, ਪੀ ਵੀ ਸੀ ਦਾ ਫੁੱਲ ਫੋਰਮ ਹੈ ਪੋਲੀ ਵਿਨਾਇਲ ਕਲੋਰਾਈਡ, ਆਰ ਸਮ ਐਗਜ਼ਾਮਪਲ ਆਫ ਥਰਮੋ ਪਲਾਸਟਿਕ, ਠੀਕ ਹੈ। ਇਹ ਕੀ ਬਣਾਉਣ ਲਈ ਯੂਜ਼ ਕੀਤੇ ਜਾਂਦੇ ਨੇ? ਥਰਮੋ ਪਲਾਸਟਿਕ ਟੋਇਸ ਬਣਾਉਣ ਲਈ ਯੂਜ਼ ਕੀਤੇ ਜਾਂਦੇ ਨੇ, ਕੰਘੇ ਬਣਾਉਣ ਲਈ ਯੂਜ਼ ਕੀਤੇ ਜਾਂਦੇ ਨੇ, ਅਤੇ ਕੰਟੇਨਰਸ ਕੱਪ ਵਗੈਰਾ ਬਣਾਉਣ ਲਈ ਯੂਜ਼ ਕੀਤੇ ਜਾਂਦੇ ਨੇ। ਇਹ ਆਪਣੀ ਸ਼ੇਪ ਥੋੜ੍ਹੇ ਜਿਹੇ ਹੀਟ ਤੋਂ ਬਾਅਦ ਹੀ ਚੇਂਜ ਕਰ ਲੈਂਦੇ ਨੇ, ਦੈਟ ਇਜ਼ ਥਰਮੋ ਪਲਾਸਟਿਕ। ਇੱਕ ਬੇਟਾ ਹੋਰ ਪਲਾਸਟਿਕ ਆ ਜਿਹੜੀ ਜੇ ਇੱਕ ਵਾਰ ਜਿਹਨੇ ਸ਼ੇਪ ਲੈ ਲਈ, ਜਿਹੜੀ ਉਹ ਸ਼ੇਪ ਉਹ ਚੇਂਜ ਨਹੀਂ ਕਰੂ ਚਾਹੇ ਉਹਨੂੰ ਕਿੰਨਾ ਮਰਜ਼ੀ ਗਰਮ ਕਰ ਦਿਉ, ਦੈਟ ਇਜ਼ ਕਾਲਡ ਥਰਮੋ ਸੈਟਿੰਗ ਪਲਾਸਟਿਕ, ਦੈਟ ਇਜ਼ ਕਾਲਡ ਥਰਮੋ ਸੈਟਿੰਗ ਪਲਾਸਟਿਕ। ਇਹਨਾਂ ਦੀਆਂ ਐਗਜ਼ਾਮਪਲ ਨੇ ਬੈਕਲਾਈਟ ਅਤੇ ਮੈਲਾਮਾਈਨ, ਠੀਕ ਹੈ। ਐਗਜ਼ਾਮਪਲਸ ਯਾਦ ਰੱਖਣੀਆਂ ਨੇਗੀਆਂ, ਥਰਮੋ ਪਲਾਸਟਿਕ ਦੀਆਂ ਨੇ ਪੋਲੀਥੀਨ ਅਤੇ ਪੀ ਵੀ ਸੀ, ਥਰਮੋ ਸੈਟਿੰਗ ਪਲਾਸਟਿਕ ਦੀਆਂ ਨੇਗੀਆਂ ਬੈਕਲਾਈਟ ਅਤੇ ਮੈਲਾਮਾਈਨ। ਬੇਟਾ ਇਹ ਜਿਹੜੇ ਬੈਕਲਾਈਟ ਅਤੇ ਮੈਲਾਮਾਈਨ ਨੇ ਇਹ ਸਵਿਚਿਜ਼ ਲਈ ਯੂਜ਼ ਕੀਤੇ ਜਾਂਦੇ ਨੇ, ਜਿਹੜੇ ਸਵਿੱਚ ਬਣਦੇ ਨੇ। ਹੁਣ ਜਿਹੜੇ ਸਵਿਚਿਜ਼ ਹੁੰਦੇ ਨੇ, ਹੁੰਦੇ ਤਾਂ ਉਹ ਵੀ ਪਲਾਸਟਿਕ ਨੇ, ਪਰ ਉਹਨਾਂ ਦੀ ਸ਼ੇਪ ਚੇਂਜ ਨਹੀਂ ਹੁੰਦੀ ਹੈਗੀ। ਮੰਨ ਲਓ ਜ਼ਿਆਦਾ ਕਰੰਟ ਪਾਸ ਕਰ ਜੇ ਤਾਂ ਉੱਥੇ ਗਰਮ ਹੋ ਜਾਂਦੇ ਨੇ ਉਹ, ਅਤੇ ਗਰਮ ਹੋ ਕੇ ਉਹਨਾਂ 'ਚੋਂ ਧੂੰਆਂ ਜਿਹਾ ਨਿਕਲਣ ਲੱਗ ਜਾਂਦਾ, ਪਰ ਉਹਨਾਂ ਦੀ ਸ਼ੇਪ ਉਹੀ ਰਹਿੰਦੀ ਆ, ਮਤਲਬ ਸ਼ੇਪ ਚੇਂਜ ਨਹੀਂ ਹੁੰਦੀ। ਜਿੰਨਾ ਅੱਛਾ ਥਰਮੋ ਸੈਟਿੰਗ ਪਲਾਸਟਿਕ ਮਤਲਬ ਯੂਜ਼ ਕਰਾਂਗੇ ਆਪਾਂ ਸਵਿਚਿਜ਼ ਦੇ ਵਿੱਚ, ਉਨੀ ਸੇਫਟੀ ਜ਼ਿਆਦਾ ਆ। ਤਾਂ ਹੀ ਕਹਿੰਦੇ ਨੇ ਵੀ ਅੱਛੀ ਕੰਪਨੀ ਦੇ ਸੇਫਟੀ ਸਵਿਚ ਯੂਜ਼ ਕਰਨੇ ਚਾਹੀਦੇ ਨੇ ਤਾਂ ਕਿ ਉਹ ਪਿਘਲਣ ਨਾ, ਠੀਕ ਹੈ, ਅਤੇ ਆਪਦੀ ਸ਼ੇਪ ਨੂੰ ਰਿਟੇਨ ਕਰਕੇ ਰੱਖਣ, ਠੀਕ ਹੈ ਜੀ। ਇਹ ਥਰਮੋ ਸੈਟਿੰਗ ਪਲਾਸਟਿਕ ਹੋ ਗਈ, ਉਹਦੇ ਵਿੱਚ ਆ ਜਾਂਦਾ। ਇਟ ਇਜ਼ ਯੂਜ਼ ਫੋਰ ਮੇਕਿੰਗ ਇਲੈਕਟ੍ਰੀਕਲ ਸਵਿਚਿਜ਼, ਹੈਂਡਲਸ ਆਫ ਵੇਰੀਅਸ ਯੂਟੈਂਸਿਲਸ। ਮੈਲਾਨਿਨ ਇਜ਼ ਵਰਸੇਟਾਈਲ ਮਟੀਰੀਅਲ, ਇਟ ਰਜਿਸਟ ਫਾਇਰ ਐਂਡ ਕੈਨ ਟੋਲਰੇਟ ਹੀਟ ਬੈਟਰ ਦੈਨ ਆਫ ਅਦਰ ਪਲਾਸਟਿਕ। ਕਹਿੰਦਾ ਮੈਲਾਨਿਨ ਤਾਂ ਮੈਲਾਮਾਈਨ ਇੱਕ ਐਸਾ ਪਲਾਸਟਿਕ ਆ ਜਿਹੜਾ ਹੀਟ ਨਾਲ ਹੀਟ ਨੂੰ ਟੋਲਰੇਟ ਕਰ ਸਕਦਾ, ਮਤਲਬ ਉਹ ਗਰਮ ਹੋ ਕੇ ਇੱਕ ਤਾਂ ਆਪਦੀ ਸ਼ੇਪ ਨਹੀਂ ਚੇਂਜ ਕਰਦਾ, ਇੱਕ ਉਹਨੂੰ ਅੱਗ ਫੜਦੀ ਵੀ ਨਹੀਂ ਹੈਗੀ, ਠੀਕ ਹੈ, ਉਹਨੂੰ ਅੱਗ ਨਹੀਂ ਲੱਗਦੀ ਹੈਗੀ, ਇਹ ਐਸਾ ਪਲਾਸਟਿਕ ਆ। ਇਟ ਇਜ਼ ਯੂਜ਼ ਫੋਰ ਮੇਕਿੰਗ ਫਲੋਰ ਟਾਈਲਸ, ਇਹ ਟਾਈਲਸ ਬਣਾਉਣ ਲਈ ਯੂਜ਼ ਕੀਤਾ ਜਾਂਦਾ, ਕਿਚਨਵੇਅਰ ਬਣਾਉਣ ਲਈ ਯੂਜ਼ ਕੀਤਾ ਜਾਂਦਾ, ਮਤਲਬ ਰਸੋਈ 'ਚ ਜਿਹੜੇ ਵੀ ਅਲੱਗ ਅਲੱਗ ਯੂਟੈਂਸਿਲ ਵਗੈਰਾ ਨੇ, ਐਂਡ ਫੈਬਰਿਕ ਲਾਈਕ ਵਿੱਚ ਰਜਿਸਟ ਫਾਇਰ, ਅਤੇ ਜਿਹੜੇ ਨਾ ਫਾਇਰ ਪਰੂਫ ਕੱਪੜੇ ਹੁੰਦੇ ਨੇ ਉਹ ਵੀ ਕਿਹਦੇ ਬਣੇ ਹੁੰਦੇ ਨੇ, ਉਹ ਵੀ ਆਪਣੇ ਕੋਲ ਮੈਲਾਮਾਈਨ ਦੇ ਬਣੇ ਹੁੰਦੇ ਨੇਗੇ, ਠੀਕ ਹੈ ਜੀ। ਇਹ ਚੀਜ਼ ਯਾਦ ਰੱਖਿਓ, ਇਹ ਧਿਆਨ, ਇਹ ਕੁਐਸਚਨ ਬਣਦੇ ਨੇ ਇਹਨਾਂ 'ਚੋਂ, ਐਗਜ਼ਾਮਪਲਸ 'ਚੋਂ ਕੁਐਸਚਨ ਬਣਦੇ ਹੁੰਦੇ ਨੇ ਹਮੇਸ਼ਾ। ਨੈਕਸਟ, ਪਲਾਸਟਿਕ ਐਜ਼ ਅ ਮਟੀਰੀਅਲ ਆਫ ਚੋਇਸ। ਕਹਿੰਦਾ ਪਲਾਸਟਿਕ ਅੱਜ ਕੱਲ੍ਹ ਕੀ ਆ, ਆਪਾਂ ਹਰੇਕ ਜਗ੍ਹਾ ਦੇ ਵਿੱਚ ਯੂਜ਼ ਕਰਦੇ ਹਾਂ, ਚਾਹੇ ਉਹ ਕਿੱਥੋਂ ਸ਼ੁਰੂ ਹੋ ਜਾਂਦਾ, ਸ਼ੁਰੂ ਤੋਂ ਵੀ ਕੈਨ ਸਟੋਰ ਫੂਡ, ਫੂਡ ਆਈਟਮਸ, ਵਾਟਰ, ਮਿਲਕ, ਪਿਕਲਸ, ਡਰਾਈ ਫੂਡ ਐਕਸੈਕਟਰਾ। ਪਲਾਸਟਿਕ ਕੰਟੇਨਰਸ ਸੀਮ ਮੋਸਟ ਕਨਵੀਨੀਅੰਟ, ਦਿਸ ਇਜ਼ ਬਿਕੋਜ਼ ਦੇ ਆਰ ਲਾਈਟ ਵੇਟ। ਇੱਕ ਤਾਂ ਇਹਨਾਂ ਦਾ ਵੇਟ ਘੱਟ ਹੁੰਦਾ ਗਾ,
दूजा इन्हां दी प्राइस लो हुंदी आ, गुड स्ट्रेंथ एंड ईजी हैंडलिंग, इन्हां दी जिहड़ी जान हुंदी आ मतलब ज़्यादा दू मतलब मजबूत होंदे ने, ते इन्हां नूं चक्कना धरना जे डिग भी जाण तां भी टुटदे नहीं हैगे, है ना, हैंडलिंग ईजी हुंदी आ इन्हां दी। बीइंग लाइटर एज कंपेयर्ड ऑफ मैटल्स प्लास्टिक आर यूज इन कार्स एयरक्राफ्ट एंड स्पेस क्राफ्ट टू, ठीक है, कहना क्योंकि ये हल्के होंदे ने मैटल्स नालों, तां करके इन्हां नूं कारां दे विच हवाई जहाज़ां ते रॉकेट्स वगैरह दे विच भी यूज़ किया जाता, ठीक है जी। होर इन्हां दे नाल स्लिपर्स बनते हैं पैरों च पाउण वाले, फर्नीचर भी बनता, डेकोरेशन पीसिस भी बनते हैं, तो काफ़ी कुछ बनता है, ठीक है। प्लास्टिक बेटा नॉन रिएक्टिव होंदी है, नॉन रिएक्टिव का मतलब है किसी चीज़ नाल रिएक्ट नहीं करती हैगी एटमोसफीयर दे विच, इहनूं कुछ नहीं हुंदा हैगा जे पिया रहिंदी है, जिवें आयरन नूं तां जर लग जाती है, प्लास्टिक नूं कुछ नहीं हुंदा। यू नो दैट मैटल लाइक आयरन गैट रस्टेड वैन लैफ्ट एक्सपोज टू मॉइस्चर एंड एयर, बट प्लास्टिक डू नॉट रिएक्ट विद वाटर एंड एयर, दे आर नॉट कोरोडेड ईजीली, दैट इज़ वाई दे आर यूज टू स्टोर वेरियस काइंड ऑफ मटीरियल इनकलूडिंग मैनी कैमिकल्स, काफ़ी ज़्यादा कैमिकल्स भी आप मतलब प्लास्टिक के कंटेनर के रखते हैं, जिवें आप कैमिस्ट्री की लैब देखते हैं। प्लास्टिक इज़ लाइट स्ट्रोंग एंड ड्यूरेबल, लाइट होंगी मतलब हल्की होंगी, स्ट्रोंग होंगी मतलब छेती करे टुटती नहीं, तो ड्यूरेबल होंगी मतलब काफ़ी लंबा समा चलती है। टॉक टू योर पेरेंट्स एंड ग्रैंड पेरेंट्स अबाउट वट टाइप ऑफ बकेट दे वर यूज इन पास्ट, वट इज़ द मटीरियल ऑफ द बकेट एंड मग्स यू आर यूजिंग टूडे, वट आर द एडवांटेजेज ऑफ यूजिंग प्लास्टिक कंटेनर, उही आ भी ये लंबी दू दू लंबे टाइम तक चलता है, रिएक्ट नहीं करता पानी नाल भी रिएक्ट नहीं करता हैगा ये, ठीक है। तो अपने कोल इस लाइट हुंदा, आपां कंटेनर बहुत हल्के हल्के हुंदे ने, आपां चक लैने बाल्टियां वगैरह खाली बाल्टियां, जबकि जिहड़ियां दूसरियां मैटल दियां बाल्टियां हुंदियां ने आप ही बहुत भारी हुंदियां ने, ठीक है। प्लास्टिक आर जनरली चीपर दैन मैटल, जेके सस्तियां हुंदियां ने, दे आर वाइडली यूज इन इंडस्ट्री फॉर हाउस होल्ड आर्टिकल, मेक अ लिस्ट ऑफ डिफरेंट लिस्ट, कोई दिक्कत नहीं है। तो प्लास्टिक आर पुअर कंडक्टर्स, प्लास्टिक होंदिया ने जिहड़ियां वो इलैक्ट्रिसिटी उन्होंने निकल नहीं सकती, ठीक है बेटा, प्लास्टिक दे विचों इलैक्ट्रिसिटी निकल नहीं सकती, ताही आपां प्लास्टिक यूज़ करते हैं स्विचेस बनाउण लई, ते तारां दे उत्ते जिहड़ी कवरिंग कीती हुंदी आ उह वी कीती हुंदी आ प्लास्टिक दी हुंदी आ, ठीक है जी, क्योंकि ये पुअर कंडक्टर हुंदियां ने इलैक्ट्रिसिटी दियां। अगे बेटा डिड यू नो, देखो प्लास्टिक फाइंड एक्सटेंसिव यूज इन हेल्थ केयर इंडस्ट्री, सम एग्जाम्पल ऑफ देयर यूज इन पैकिंग टैबलेट्स, थ्रेड्स फॉर स्टिचिंग वाउंड, सरिंजेस, डॉक्टर्स ग्लव्स एंड नंबर ऑफ मैडिकल इंस्ट्रूमेंट, काफ़ी चीज़ा यह प्लास्टिक दी बड़ी होंगे ने सारिया, ठीक है, जिन्ना आप देखते हैं हॉस्पिटल वगैरह ज़्यादातर चीज़ा प्लास्टिक दी होंगे। स्पैशल प्लास्टिक कुकवेयर यूज इन माइक्रोवेव ओवन फॉर कुकिंग फूड, देखो बेटा माइक्रोवेव ओवन दे विच एक स्पैशल तरह का मतलब कुकिंग मटीरियल होंदा जेड़ा मतलब प्लास्टिक का बनया हों, कंटेनर वो जोड़े पैणगे वो प्लास्टिक के होंगे, माइक्रोवेव से तुम मैटल कंटेनर ही रख सकते, क्योंकि जो मैटल कंटेनर रखता तो माइक्रोवेव का पड़ाका पै जूगा, ठीक है जी, तो वो प्लास्टिक रखा हाँ, पर वो प्लास्टिक भी इन्ना ज़्यादा स्ट्रोंग हों भी वह पिघलता नहीं गा, ठीक है, वो बैकेलाइट का हों फिर वह मैलेमाइन का हों। टैफलॉन इज स्पैशल प्लास्टिक इन विच ऑयल एंड वाटर डू नॉट स्टिक, कहना टैफलॉन एक स्पैशल तरह का प्लास्टिक आ जिहदे विच ना तो तेल तो ना ही अपना पानी दा कुछ भी चीज़ आप पकाने वो चिपकती नहीं हैगी, ठीक है, टैफलॉन कोटिंग बोलते हैं इनू, ये मतलब नॉन स्टिकी जिहड़े अपने कोल होंदे ने यूटेंसिल्स होंदे ने, ठीक है, फ्राई पैन हो गया, कुकर हो गया, नॉन स्टिक कुकर या नॉन स्टिक फ्राई पैन, उहदे विच टैफलॉन कोटिंग हुंदी आ तां ही उहदे विच स्टिकिंग नहीं हुंदी हैगी, ठीक है जी। अगे देखते हैं आप फायर प्रूफ प्लास्टिक मैलामिनाइन, ये अपन पता ही है भी जेडे फायर एक्सटिंग्विशर जेडे अपने कोल होंदे ने फायर सोल्जर्स होंदे ने उन्हां दे जेडे कपड़े पाए होंदे ने वो देखने तो प्लास्टिक दे ही होंदे ने, हुंदे भी वो प्लास्टिक दे ने पर उन्हां नूं अग नहीं लगदी, इहदा मतलब प्लास्टिक कई ऐसा मटीरियल भी हैगा प्लास्टिक दे विच ऐसी वरायटी भी है ऐसी क्वालिटी भी है कि वह फायर नूं भी रोक सकदा गा। प्लास्टिक एंड एनवायरमेंट, When we go to market, we usually get things wrapped in plastic or packed in polythene bags. That is one reason why plastic waste keeps getting accumulated in our home. Ultimately, plastic found its way to garbage disposal or plastic major problem by. कहना कि यार नेचर दे विच की हुंदा जिहनूं आपां हर एक जगह जाने आपां नूं सारी चीज़ प्लास्टिक पैकिंग च मिलदी आ, तो वो प्लास्टिक पैकिंग मिलने करके की हुंदा अपने घर प्लास्टिक के ढेर लग जाते हैं, तो फिर आप सीधा ही बाहर सीट दें बेटा, वो एनवायरमेंट के गारबेज के ढेर लग जाते हैं, ठीक है, फिर वो जो गारबेज ने वो काफ़ी टाइम उत्थे रुलते रहते हैं, क्योंकि जो प्लास्टिक होंगे ने नॉन बायोडिग्रेडेबल होंगे ने, की होंगे ने नॉन बायोडिग्रेडेबल, नॉन बायोडिग्रेडेबल वो मटीरियल होंगे बेटा जिन्हों कुदरत गाल नहीं सकती, ठीक है, वो मतलब कुदरत आपदे आप खत्म नहीं होंगे, जिवें पत्ता डिगया पै किते जां कोई फ्रूट का छिलड़ा वो तो बेटा आपदे आप खत्म हो जूगा, ठीक है, वो मिट्टी बन जू आपदे आप, पर
ਜਿਹੜਾ ਪਲਾਸਟਿਕ ਆ ਇਹਦੀ ਕੋਈ ਮਿੱਟੀ ਨਹੀਂ ਬਣਦੀ ਹੈਗੀ, ਇਹਦਾ ਮਤਲਬ ਇਹ ਨੋਨ ਬਾਇਓਡੀਗ੍ਰੇਡੇਬਲ ਆ। ਜਿਹੜੇ ਦੂਸਰੇ ਪ੍ਰੋਡਕਟ ਨੇ ਨੈਚੁਰਲ ਉਹ ਦੋਜ਼ ਆਰ ਕਾਲਡ ਬਾਇਓਡੀਗ੍ਰੇਡੇਬਲ, ਠੀਕ ਹੈ। ਤਾਂ ਐਗਜ਼ਾਮਪਲਸ ਦਿੱਤੀਆਂ ਹੋਈਆਂ ਨੇ ਇੱਥੇ, ਪੀਲ ਆਫ ਵੈਜੀਟੇਬਲਸ ਐਂਡ ਫਰੂਟਸ, ਲੀਫ ਓਵਰ, ਠੀਕ ਹੈ, ਫੂਡ ਸਟੱਫ, ਇਹ ਕੀ ਆ, ਬਾਇਓਡੀਗ੍ਰੇਡੇਬਲ ਆ। ਇਹ 1 ਤੋਂ 2 ਵੀਕਸ ਦੇ ਵਿੱਚ ਕੀ ਹੋ ਜਾਂਦਾ ਆਪਣੇ ਕੋਲ, ਖਤਮ ਹੋ ਜਾਂਦਾ ਨੇਚਰ ਦੇ ਵਿੱਚ। ਪੇਪਰ 10 ਤੋਂ 30 ਦਿਨਾਂ ਦੇ ਵਿੱਚ ਹੋ ਜਾਂਦਾ। ਕੋਟਨ ਕਲੋਥ ਵੀ ਬਾਇਓਡੀਗ੍ਰੇਡੇਬਲ ਆ 2 ਤੋਂ 5 ਮਹੀਨਿਆਂ ਦੇ ਵਿੱਚ। ਵੁੱਡ 10 ਤੋਂ 15 ਸਾਲਾਂ ਦੇ ਵਿੱਚ ਇਹ ਮਿੱਟੀ ਬਣ ਜਾਂਦਾ। ਵੂਲਨ ਕਲੋਥਸ ਅਬਾਊਟ ਈਅਰ, 1 ਸਾਲ ਦੇ ਵਿੱਚ ਜੇ ਉਹ ਡਿੱਗੇ ਪਏ ਨੇ ਤਾਂ ਉੱਥੇ ਉਹ ਮਤਲਬ ਬਾਇਓਡੀਗ੍ਰੇਡ ਹੋ ਜਾਣਗੇ, ਖਤਮ ਹੋ ਜਾਣਗੇ। ਪਰ ਜਿਹੜਾ ਪਲਾਸਟਿਕ ਬੈਗ ਆ ਦੇਖੋ, ਇਹ 1000 ਸਾਲਾਂ ਤੱਕ ਪਿਆ ਰਹਿੰਦਾ ਹੈਗਾ, ਇਹ ਨੋਨ ਬਾਇਓਡੀਗ੍ਰੇਡੇਬਲ ਆ, ਠੀਕ ਆ। ਟਿਨ, ਐਲਮੀਨੀਅਮ ਅਤੇ ਮੈਟਲਸ, ਜਿਹੜੇ ਮੈਟਲ ਕੈਨਸ ਨੇ, ਜਿਹੜੇ ਮਤਲਬ ਆਪਾਂ ਕੈਨ ਨਹੀਂ ਹੁੰਦੇ ਉਹ ਦੇਖਦੇ ਹਾਂ, ਉਹ ਵੀ ਬਹੁਤ ਨੋਨ ਬਾਇਓਡੀਗ੍ਰੇਡੇਬਲ ਨੇ। ਉਹ ਵੀ 100 ਤੋਂ 500 ਸਾਲਾਂ ਦੇ ਤੱਕ ਉਹ ਨਹੀਂ ਹੁੰਦੇ ਆਪਣੇ, ਖਰਾਬ ਨਹੀਂ ਹੁੰਦੇ ਹੈਗੇ ਉਹ, ਭਾਈ ਉਵੇਂ ਐਜ਼ ਇਟ ਇਜ਼ ਨੇਚਰ ਦੇ ਵਿੱਚ ਰਹਿੰਦੇ ਨੇ। ਤਾਂ ਆਪਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਕੀ ਹੋਣਾ ਚਾਹੀਦਾ, ਵੀ ਬਾਇਓਡੀਗ੍ਰੇਡੇਬਲ ਚੀਜ਼ਾਂ ਯੂਜ਼ ਕਰਨੀਆਂ ਚਾਹੀਦੀਆਂ ਨੇ। ਨੋਨ ਬਾਇਓਡੀਗ੍ਰੇਡੇਬਲ ਚੀਜ਼ਾਂ ਨੇ ਜਿਹੜੀਆਂ ਉਹ ਘੱਟ ਤੋਂ ਘੱਟ ਯੂਜ਼ ਕਰਨੀਆਂ ਚਾਹੀਦੀਆਂ ਨੇ, ਅਤੇ ਜੇ ਆਪਾਂ ਉਹ ਘੱਟ ਯੂਜ਼ ਕਰਦੇ ਹਾਂ ਨਾਲ ਦੀ ਨਾਲ ਆਪਾਂ ਨੂੰ ਉਹਨਾਂ ਨੂੰ ਸਿੱਟਣਾ ਨਹੀਂ ਚਾਹੀਦਾ, ਆਪਾਂ ਨੂੰ ਉਹਨਾਂ ਨੂੰ ਰੀਯੂਜ਼ ਕਰਨਾ ਚਾਹੀਦਾ। ਰੀਯੂਜ਼ ਕਰਨਾ ਚਾਹੀਦਾ ਮਤਲਬ ਆਪਾਂ ਨੂੰ ਬਾਰ ਬਾਰ ਵਰਤਣੀ ਚਾਹੀਦੀ ਹੈ ਉਹ ਚੀਜ਼, ਠੀਕ ਹੈ, ਵੀ ਆਪਾਂ ਨਵੀਂ ਚੀਜ਼ ਉਹ ਨਾ ਲਈਏ ਜਿਹੜੀ ਨੋਨ ਬਾਇਓਡੀਗ੍ਰੇਡੇਬਲ ਆ, ਉਹ ਪੁਰਾਣੀ ਹੀ ਯੂਜ਼ ਕਰੀ ਜਾਈਏ। ਰਿਡਿਊਜ਼ ਕਰਨਾ ਚਾਹੀਦਾ, ਪਹਿਲਾਂ ਤਾਂ ਇਹਨਾਂ ਦੇ ਵਰਤਾਓ ਮਤਲਬ ਵਰਤਣਾ ਘੱਟ ਕਰਨਾ ਚਾਹੀਦਾ, ਘੱਟ ਵਰਤਣੇ ਚਾਹੀਦੇ ਨੇ ਆਪਾਂ ਨੂੰ ਨੋਨ ਬਾਇਓਡੀਗ੍ਰੇਡੇਬਲ। ਪਲਾਸਟਿਕ ਦੀ ਜਗ੍ਹਾ ਆਪਾਂ ਨੂੰ ਜੂਟ ਬੈਗ ਯੂਜ਼ ਕਰਨੇ ਚਾਹੀਦੇ ਨੇ, ਠੀਕ ਹੈ। ਜਿਹੜੇ ਅੱਜ ਕੱਲ੍ਹ ਆਪਾਂ ਨੂੰ ਕਈ ਦੁਕਾਨਾਂ 'ਤੇ ਵੀ ਮਿਲਦੇ ਨੇ ਜੂਟ ਦੇ ਬੈਗ ਹੁੰਦੇ ਨੇ, ਠੀਕ ਹੈ, ਉਹ ਯੂਜ਼ ਕਰਨੇ ਚਾਹੀਦੇ ਨੇ। ਕੋਟਨ ਬੈਗਸ ਨੇ ਉਹ ਯੂਜ਼ ਕਰਨੇ ਚਾਹੀਦੇ ਨੇ। ਰਿਡਿਊਸ ਹੋ ਗਿਆ ਇਹਦੇ ਨਾਲ, ਤਾਂ ਮਤਲਬ ਪਲਾਸਟਿਕ ਦਾ ਯੂਜ਼ ਆ ਜਿਹੜਾ ਉਹ ਰਿਡਿਊਸ ਹੋ ਗਿਆ। ਦੈਨ ਰੀਯੂਜ਼ ਦਾ ਮਤਲਬ ਆਪਾਂ ਨੂੰ ਦੁਬਾਰਾ ਵੀ ਯੂਜ਼ ਕਰਨਾ ਚਾਹੀਦਾ ਚੀਜ਼ਾਂ ਨੂੰ। ਫਿਰ ਰੀਸਾਈਕਲ ਕਰਨਾ ਚਾਹੀਦਾ, ਰੀਸਾਈਕਲ ਮਤਲਬ ਇਹਨੂੰ ਮਤਲਬ ਦੁਬਾਰਾ ਸਿਸਟਮ ਦੇ ਵਿੱਚ ਲੈ ਕੇ ਆਉਣਾ, ਮਤਲਬ ਕਬਾੜੀਏ ਨੂੰ ਦੇਣਾ, ਕਬਾੜੀਏ ਅੱਗੇ ਕੰਪਨੀਜ਼ ਨੂੰ ਦਿੰਦੇ ਨੇ, ਉਹ ਕੰਪਨੀਜ਼ ਦੁਬਾਰਾ ਪਿਘਲਾ ਕੇ ਇਹਨਾਂ ਤੋਂ ਦੁਬਾਰਾ ਚੀਜ਼ਾਂ ਬਣਾਉਂਦੀਆਂ ਨੇਗੀਆਂ, ਠੀਕ ਹੈ। ਤਾਂ ਇਹ ਆਪਣੇ ਕੋਲ ਰੀਸਾਈਕਲ ਹੋ ਗਿਆ ਅਤੇ ਰਿਕਵਰ ਕਰਨਾ ਚਾਹੀਦਾ ਇਹਨਾਂ ਨੂੰ, ਠੀਕ ਹੈ। ਤਾਂ 4 R's ਨੇ, 4 R ਪ੍ਰਿੰਸੀਪਲ ਹੁੰਦਾ ਇਹ, ਰਿਡਿਊਸ, ਰੀਯੂਜ਼, ਰੀਸਾਈਕਲ ਐਂਡ ਰਿਕਵਰ। ਕਹਿੰਦਾ ਇਹਨਾਂ ਦੇ ਨਾਲ ਅਹੀਆਂ ਜਿਹੀਆਂ ਤੁਸੀਂ ਜੇ ਹੈਬਿਟਸ ਅਪਣਾਓਗੇ ਤਾਂ ਜਿਹੜਾ ਇਨਵਾਇਰਮੈਂਟ ਆ ਆਪਣਾ, ਇਨਵਾਇਰਮੈਂਟ ਬਹੁਤ ਬਚਿਆ ਰਹੂ, ਇਹ 'ਚ ਟੋਕਸਿਕ ਮਟੀਰੀਅਲ ਘੱਟ ਹੋਣਗੇ, ਅਤੇ ਜਿਹੜੇ ਪਸ਼ੂ ਪਕਸ਼ੀ ਨੇ ਜਿਹੜੇ ਬਹੁਤ ਪਲਾਸਟਿਕ ਖਾ ਕੇ ਮਰ ਜਾਂਦੇ ਨੇ, ਹੈ ਨਾ, ਕਿਉਂਕਿ ਆਪਾਂ ਕਾਫੀ ਜ਼ਿਆਦਾ ਪਸ਼ੂ ਦੇਖੇ ਨੇ ਜਿਹੜੇ ਪਲਾਸਟਿਕ ਦੇ ਬੈਗਸ ਖਾ ਲੈਂਦੇ ਨੇ, ਫਿਰ ਉਹ ਪਲਾਸਟਿਕ ਬੈਗ ਕੀ ਕਰਦਾ, ਉਹਨਾਂ ਦੇ ਫੇਫੜਿਆਂ ਨੂੰ ਜਕੜ ਲੈਂਦਾ, ਉਹਨਾਂ ਦੇ ਪੇਟ ਨੂੰ ਖਰਾਬ ਕਰ ਦਿੰਦਾ, ਫਿਰ ਅਲਟੀਮੇਟਲੀ ਉਹ ਮਰ ਜਾਂਦੇ ਨੇ। ਤਾਂ ਇਹ ਪਸ਼ੂ ਪਕਸ਼ੀ ਨੇ ਜਿਹੜੇ ਪੁੱਤ, ਇਹ ਆਪਣੀ ਦੁਨੀਆ ਦੇ ਵਿੱਚ ਇਹਨਾਂ ਦਾ ਆਪਣਾ ਅਤੇ ਇਹਨਾਂ ਦਾ ਬਰਾਬਰ ਦਾ ਹੱਕ ਆ, ਤਾਂ ਆਪਣਾ ਇਹ ਕੋਈ ਹੱਕ ਨਹੀਂ ਬਣਦਾ ਹੈਗਾ ਵੀ ਆਪਾਂ ਇਹਨਾਂ ਨੂੰ ਗੰਦਮੰਦ ਚੀਜ਼ਾਂ ਸਿੱਟੀਏ, ਆਪਣਾ ਵੇਸਟ ਸਿੱਟੀਏ ਅਤੇ ਉਹ ਖਾਣ ਅਤੇ ਉੱਥੇ ਮਰ ਜਾਣ। ਮੋਰਓਵਰ ਜਿਹੜਾ ਪਲਾਸਟਿਕ ਆ ਇਹ ਇਨਵਾਇਰਮੈਂਟ ਨੂੰ ਬਹੁਤ ਜ਼ਿਆਦਾ ਪ੍ਰਦੂਸ਼ਿਤ ਕਰਦਾ ਗਾ, ਸੋਇਲ ਪੋਲਿਊਸ਼ਨ ਕਰਦਾ ਗਾ, ਤਾਂ ਇਹਨੂੰ ਆਪਾਂ ਨੂੰ ਯੂਜ਼ ਇਹਦਾ ਘਟਾਉਣਾ ਚਾਹੀਦਾ, ਅਤੇ 4 R's 4 R ਪ੍ਰਿੰਸੀਪਲ ਨੂੰ ਆਪਾਂ ਨੂੰ ਯੂਜ਼ ਕਰਕੇ ਇਹਦੇ ਨਾਲ ਆਪਾਂ ਨੂੰ ਉਹ ਕਰਨਾ ਚਾਹੀਦਾ, ਡੀਲ ਕਰਨਾ ਚਾਹੀਦਾ, ਠੀਕ ਹੈ। ਕਹਿੰਦਾ ਫਾਈਬਰ ਵਾਈਜ਼ ਕੀ ਆ, ਡੂ ਨੋਟ ਥਰੋ ਪਲਾਸਟਿਕ ਬੈਗ ਇਨ ਵਾਟਰ ਬੋਡੀਜ਼ ਔਰ ਔਨ ਰੋਡ, ਠੀਕ ਹੈ ਜੀ। ਟੇਕਿੰਗ ਅ ਕੋਟਨ ਕੈਰੀ ਬੈਗ ਔਰ ਅ ਜੂਟ ਬੈਗ ਵਾਈਲ ਗੋਇੰਗ ਟੂ ਸ਼ੋਪਿੰਗ, ਟਰਾਈ ਟੂ ਮਿਨੀਮਾਈਜ਼ ਦਾ ਯੂਜ਼ ਆਫ ਪਲਾਸਟਿਕ ਮਟੀਰੀਅਲ, ਯੂਜ਼ ਅ ਸਟੀਲ ਲੰਚ ਬੋਕਸ ਇਨਸਟੈਡ ਆਫ ਪਲਾਸਟਿਕ ਵਨ। ਸਟੀਲ ਲੰਚ ਬੋਕਸ ਯੂਜ਼ ਕਰੋ, ਕਹਿੰਦਾ ਪਲਾਸਟਿਕ ਵਾਲਾ ਨਾ ਕਰੋ। ਤਾਂ ਇਹਦੇ ਨਾਲ ਹੀ ਬੇਟਾ ਆਪਣੇ ਚੈਪਟਰ ਦੀ ਰੀਡਿੰਗ ਖਤਮ ਹੁੰਦੀ ਆ, ਅਤੇ ਉਸ ਤੋਂ ਬਾਅਦ ਜਿਹੜੇ ਇਹਦੇ ਕੁਸ਼ਚਨ ਆਨਸਰਸ ਨੇ ਇਹ ਮੈਂ ਤੁਹਾਨੂੰ ਮਤਲਬ ਗਰੁੱਪ ਦੇ ਵਿੱਚ ਪਾ ਦੂੰਗਾ, ਅਤੇ ਤੁਸੀਂ ਕਾਪੀ ਉੱਤੇ ਕਰ ਲੈਣੇ ਨੇ, ਠੀਕ ਹੈ। ਅਤੇ ਟਰੂ ਫਾਲਸ ਅਤੇ ਜਿਹੜੇ ਆਪਣੇ ਫਿਲਿੰਗ ਦਾ ਬਲੈਂਕਸ ਨੇ ਬੁੱਕ 'ਤੇ ਹੀ ਕਰਨੇ ਨੇ, ਅਤੇ ਕੁਸ਼ਚਨ ਆਨਸਰ ਇਕੱਲੇ ਇਹ ਕਾਪੀ 'ਤੇ ਕਰਨੇ ਨੇ। ਥੈਂਕ ਯੂ ਬੇਟਾ।